ਵੈਲਕਮ ਜੀ ਵੈਲਕਮ ਹੋ ਗਿਆ ਸਰ ਚਿੜੀ ਮਾਰੀ ਚੈਨਲ ਦੇ ਵਿੱਚ ਸਰ ਖੁਸ਼ ਹਮਦੀਦ ਹੋ ਗਿਆ ਸਾਕੀ ਭਾਈ ਦੇ ਨਾਲ ਉਹ ਉਤਲਾ ਫੜੋ ਭਾਅ ਜੀ ਜ਼ਰਾ ਉਹ ਵਾਹ ਇਹ ਵੀ ਕਬੂਤਰ ਬੜਾ ਤਕੜਾਟ ਆ ਉਹ ਕਬੂਤਰ ਲਓ ਜੀ ਭਾਅ ਜੀ ਇਹ ਕਬੂਤਰ ਟੈਡੀ ਚੈੱਕ ਕਰੋ ਜ਼ਰਾ ਕੈਸਾ ਕਬੂਤਰ ਚਿੜੀ ਮਾਰੀ ਹੋਈ ਆ ਜੀ ਭਾਅ ਜੀ ਹੁਣਾਂ ਦੀ ਭਾਅ ਜੀ ਹੁਣੀ ਕਹਿੰਦੇ ਸਾਕੀ ਭਾਈ ਕਬੂਤਰ ਯਾਰ ਦੇ ਦੇ ਕਿਸੇ ਨੂੰ ਮੈਨੂੰ ਸ਼ੌਕ ਨਹੀਂ ਹੈਗਾ ਉਡਾਉਣ ਦਾ ਅਤੇ ਮੈਂ ਜਿਹੜੇ ਚੰਗਾ ਕਬੂਤਰ ਮੇਰੀ ਛੱਤ ਕਿਉਂਕਿ ਬਹੁਤ ਉੱਚੀ ਛੱਤ ਆ ਕੇ ਬਹਿੰਦੇ ਆ ਕਬੂਤਰ ਅਤੇ ਭਾਅ ਜੀ ਫਿਰ ਭਾਅ ਜੀ ਹੁਣੀ ਆ ਨਾ ਮਤਲਬ ਰੱਖ ਦੇਣਗੇ ਭਾਵਾਂ ਸ਼ਾਮ ਤੱਕ ਹਨੇਰਿਆਂ 'ਚ ਫੜਿਆ ਹੋਵੇ ਇਹਨਾਂ ਨੇ ਨਹੀਂ ਕਦੀ ਕਬੂਤਰ ਰੱਖਿਆ। ਇਹ ਕਬੂਤਰ ਦੇ ਪਾਰ ਦੇਖੋ ਸਰ ਅਲਮਤ ਦਾ ਚੈੱਕ ਕਰੋ ਜ਼ਰਾ ਪਰਾਂ ਦੀ ਕਿਆ ਬਾਤ ਹੈ ਜੀ ਨਵੇਂ ਪਰਾਂ ਦੇ ਬਿਲਕੁਲ ਨਵੇਂ ਪਰਾਂ ਦੇ ਮਾਸ਼ਾਅੱਲਾ ਔਰ ਕਬੂਤਰ ਹੈ ਵੀ ਯੰਗ ਪੱਠਾ ਵਾ ਹਨਾ ਭਾਅ ਜੀ ਹਾਂ ਬਿਲਕੁਲ ਨਵੇਂ ਪਾਰਾ ਚੈੱਕ ਕਰੋ ਨਵਾਂ ਲੈਸ ਹੋਇਆ ਜੀ ਉਹ ਪਾਰ ਇਹ ਦਿਖਾਓ ਭਾਅ ਜੀ ਜ਼ਰਾ ਇਹਦੀ ਖਲੋਣੀ ਬਹਿਣੀ ਤਾਂ ਹੋਣ ਵਾਲੀ ਇੱਥੇ ਜਗ੍ਹਾ ਨਹੀਂ ਅੱਖ ਦਿਖਾਓ ਹੁਣ ਇਹਦੀ ਜ਼ਰਾ ਬਹੁਤ ਸ਼ਾਨਦਾਰ ਭਾਅ ਜੀ ਕਬੂਤਰ ਆ ਇਹ ਲਓ ਜੀ ਲਓ ਜੀ ਭਾਅ ਜੀ ਪੰਜ ਛੇ ਕਬੂਤਰ ਆ ਜੀ ਬਹੁਤ ਅੱਛੇ ਨਵੇਂ ਪਰਾਂ ਦੇ ਫੜੇ ਹੋਏ ਔਰ ਕਿਆ ਕਬੂਤਰ ਹੈ ਸਿਰਫ ਫੁੱਲ ਕੇ ਡਿੱਗੇ ਕਬੂਤਰ ਹੋਰ ਕੋਈ ਵਜ੍ਹਾ ਨਹੀਂ ਹੈਗੀ ਇਹ ਕਈ ਭਾਅ ਜੀ ਹੁਣੀ ਆਪ ਭਾਈ ਕਿੱਦਾਂ ਫੜਿਆ ਕਦੋਂ ਫੜਿਆ ਇਹ ਕਦੋਂ ਫੜਿਆ ਸੀਗਾ ਇਹ ਕਬੂਤਰ ਪਰਸੋਂ ਫੜਿਆ ਪਰਸੋਂ ਫੜਿਆ ਲਓ ਜੀ ਆ ਪਰਸੋਂ ਫੜਿਆ ਕਬੂਤਰ ਇਹ ਪਰਸੋਂ ਫੜਿਆ ਵਾ 12 1 ਵਜੇ ਦਾ 12 1 ਵਜੇ ਆ ਚੱਕ ਰੋ ਕਬੂਤਰ ਮਾਸ਼ਾਅੱਲਾ ਬਹੁਤ ਅੱਛਾ ਕਬੂਤਰ ਦੇਖੋ ਇਹ ਚੈੱਕ ਕਰੋ ਭਾਅ ਜੀ ਟੈਡੀ ਕਬੂਤਰ ਕਿਆ ਬਾਤ ਹੈ ਜੀ ਅੱਛਾ ਇੱਕ ਤੁਸੀਂ ਮਾਦੀ ਮੈਨੂੰ ਦੱਸਣ ਦੇ ਅਸੀਂ ਕੱਟੀ ਫੜੀ ਆ ਜੀ ਲਓ ਜੀ ਮਾਦੀ ਵੀ ਫੜ ਕੇ ਦਿਖਾਓ ਛੱਡ ਦਿਓ ਇਹਨੂੰ ਭਾਵਾਂ ਇਹ ਲਓ ਜੀ ਕਬੂਤਰ ਨੰਬਰ 1 ਹੋ ਗਿਆ ਭਾਅ ਜੀ ਪਸੰਦ ਕਰੀਓ ਜਿਹਨੂੰ ਪਸੰਦ ਆਏ ਕਬੂਤਰ ਦੇ ਦੇਣੇ ਆ ਕਬੂਤਰ ਨੰਬਰ 1 ਲਓ ਜੀ ਭਾਅ ਜੀ ਇਹ ਮਾਦੀ ਕੱਟੀ ਹੁਣ ਭਾਅ ਜੀ ਹੁਣ ਆਪਣੇ ਮੂੰਹੋਂ ਦੱਸਣਗੇ ਕਿੰਨੇ ਦਿਨ ਰੁਲੀ ਆ ਤੇ ਕਿੱਥੋਂ ਫੜੀ ਆ ਭਾਅ ਜੀ 3 ਦਿਨ ਫਿਰਦੀ ਰਹੀ ਹੈ 3 ਦਿਨ ਰੁਲੀ ਹੋਈ ਮਾਦੀ ਆ ਕੱਟੀ ਕੋਠਿਆਂ ਦੇ ਹੀ ਫਿਰਦੀ ਰਹੀ ਹੈ ਅੱਛਾ 3 ਦਿਨ ਫਿਰਦੀ ਰਹੀ ਹੈ ਅੱਛਾ 3 ਦਿਨ ਕੋਠਿਆਂ ਤੇ ਰੁਲਦੀ ਰਹੀ ਹੈ ਬਹਿੰਦੀ ਨਹੀਂ ਸੀਗੀ ਭਾਅ ਜੀ ਹੈ ਵੀ ਕਿਸੇ ਨਸਲੀ ਮਾਂ ਪਿਓ ਦੀ ਮਾਦੀ ਆ ਸਰ ਇਹ ਚੈੱਕ ਕਰੋ ਜ਼ਰਾ ਜੋੜਿਆਂ ਦੀ ਮਾਦੀ ਕਿਸੇ ਦੀ ਭਾਅ ਜੀ ਇਦਾਂ ਹੀ ਅੱਖ ਰੱਖਿਓ ਹੁਣ ਉਹ ਕਬੂਤਰ ਜਿਹੜਾ ਪਹਿਲਾਂ ਸੀਗਾ ਉਹ ਕਬੂਤਰ ਹੋਵੇ ਤਾਂ ਇਹ ਮਾਦੀ ਹੋਵੇ ਜੋੜਾ ਕੈਸਾ ਲੱਗੇਗਾ ਬਹੁਤ ਵਧੀਆ ਚਸ ਨਹੀਂ ਆ ਜਾਏਗਾ ਜਨਾਬ ਹੈਲੋ ਭਾਈ ਜੀ ਮਾਸ਼ਾਅੱਲਾ ਜੌਂਸਰੀ ਕਲਦੁੰਬੀ ਲਾਲ ਅੱਖ ਦੀ ਮਾਦੀ ਇਹ ਕੱਟੀ ਹੋਈ ਮਾਦੀ 3 ਦਿਨ ਰੁਲਦੀ ਰਹੀ ਇੱਥੇ ਜੀ ਇਹ 3 ਦਿਨ ਰੁਲੀ ਮਾਦੀ ਆ ਜੀ ਚੈੱਕ ਕਰੋ ਕਾਸੇ ਦੀ ਮਾਸ਼ਾਅੱਲਾ ਲੱਗਦੀ ਵੀ ਆ ਭਾਅ ਜੀ ਮਾਦੀ ਠੀਕ ਹੈ ਜੀ ਅਗਲਾ ਕਬੂਤਰ ਤੁਸੀਂ ਕਾਲੇ ਮੂੰਹ ਵਾਲਾ ਕਹਿੰਦੇ ਸੀ ਬਹੁਤ ਅੱਛਾ ਕਬੂਤਰ ਆ ਫੜਿਆ ਲਓ ਜੀ ਭਾਅ ਜੀ ਇਹ ਕਬੂਤਰ ਫੜੋ ਦੇਖੋ ਜੀ ਭਾਅ ਜੀ ਇਹ ਪੱਕੀਆਂ ਭਾਅ ਜੀ ਜੌਂਸਰੇ ਹੁੰਦੇ ਸੀਗੇ ਦੇਸੀ ਕਬੂਤਰ ਬਹੁਤ ਪੁਰਾਣੀ ਨਸਲ ਦੇ ਕਬੂਤਰ ਇਹ ਸੀਗੇ ਪੱਠਾ ਹੀ ਆ ਦਿਖਾਈ ਦਿਖਾਈ ਦਿਖਾਈਓ ਲਓ ਜੀ ਭਾਅ ਜੀ ਚੈੱਕ ਕਰੋ ਪਾਣੀ ਦੇਖੋ ਅੱਖਾਂ 'ਚੋਂ ਕਿੱਦਾਂ ਤੈਰਨ ਦਿਆ ਜੀ ਇਹ ਜੋੜ ਦੇ ਕਬੂਤਰ ਭਾਅ ਜੀ ਇਹ ਕਿਤੇ ਮੱਤ ਵੱਜੀ ਕਬੂਤਰ ਡਿੱਗੇ ਵਾ ਭਾਅ ਜੀ ਦੇਖੋ ਰੰਗਾਂ ਨਾਲ ਭਰਿਆ ਇਹ ਨਵੇਂ ਪਰ ਹੁੰਦੇ ਆ ਆਇਆ ਇਹ ਚੈੱਕ ਕਰੋ ਆ ਕਿਸੇ ਨੇ ਪਰਾਂ ਨੂੰ ਵੀ ਦੇਖੋ ਕੀ ਹਾਲ ਇਹਨੂੰ ਭਾਅ ਜੀ ਇਹ ਪਰ ਵੀ ਪੁੱਟ ਦਿਓ ਅੱਛਾ ਖਿੱਚ ਦਿਓ ਹੁਣੇ ਤਾਂ ਕਿ ਨਵਾਂ ਲੈਸ ਹੋਏ ਕਿਸੇ ਦੇ ਜੇਠ ਦੇ ਵਿੱਚ ਕੰਮ ਆਵੇ ਇਹ ਵੀ 4 ਪਰ ਖਿੱਚ ਦੇਣੇ ਤੁਸੀਂ ਅੱਛਾ ਠੀਕ ਆ ਠੀਕ ਹੋ ਲਓ ਭਾਅ ਜੀ ਬਹੁਤ ਅੱਛਾ ਕਬੂਤਰ ਆ ਵੀ ਕਬੂਤਰ ਨੰਬਰ ਹੋ ਗਿਆ ਜੀ 3 ਲਓ ਜੀ ਭਾਅ ਜੀ ਹੁਣ ਕਹਿੰਦੇ ਕਿਸੇ ਨੇ ਨਿਸ਼ਾਨੀ ਲਾਈ ਹੈ ਇਸ ਕਬੂਤਰ ਨੂੰ ਕਬੂਤਰ ਭੜਕ ਕੇ ਆਇਆ ਵਾ ਅੜਾਇਆ ਨਹੀਂ ਗਿਆ ਇੰਜੀ ਆ ਭਾਅ ਜੀ ਹਜੇ ਜੇਠ ਦੀ ਪਟਾਈ ਅਗਲੇ ਨੇ ਦੇਣੀ ਇਹਨੂੰ ਹਾਂ ਹਾਂ ਬਾਹਰ ਜਿਹੜੇ ਪਰ ਪੁਰਾਣੇ ਆ ਨਾ ਖਿੱਚ ਦਿਓ ਕਿਸੇ ਨੇ ਬੜੇ ਹਿਸਾਬ ਨਾਲ ਸਰ ਕਹਿੰਦੇ ਯੰਗ ਜਿਹਾ ਪੱਠਾ ਵਾ ਔਰ ਬਹੁਤ ਅੱਛਾ ਕਾਲੇ ਮੂੰਹ ਵਾਲਾ ਪੱਠਾ ਜਨਾਬ ਇਹ ਚੈੱਕ ਕਰੋ ਮਾਸ਼ਾਅੱਲਾ ਹੈ ਕਬੂਤਰ ਹੈ ਹੀ ਬੜਾ ਚੰਗਾ ਜੀ ਇਹ ਵੀ ਕਬੂਤਰ ਹੋ ਗਿਆ ਭਾਈ ਜਾਨ ਬੱਚਾ ਲਓ ਜੀ ਭਾਈ ਜਾਨ ਇਹ ਬੱਚਾ ਚੈੱਕ ਕਰੋ ਸਰ ਕਸੂਰੀ ਔਰ ਘਮੱਗਰ ਕਬੂਤਰ ਜ਼ੀਰੇ ਜਿਹੜੇ ਹੁੰਦੇ ਉਹਨਾਂ ਦਾ ਬੱਚਾ ਬਹੁਤ ਹੀ ਕਮਾਲ ਦੀ ਅੱਖ ਦਾ ਬੱਚਾ ਇੱਥੇ ਭਾਅ ਜੀ ਕਬੂਤਰ ਆਪਣੇ ਆਪ ਆ ਕੇ ਡਿੱਗਦੇ ਕਦੀ ਛੇੜ ਨਹੀਂ ਲਾਈ ਭਾਅ ਜੀ ਉਹਨਾਂ ਨੇ ਔਰ ਮਰੇ ਮੁੱਕੇ ਹੀ ਡਿੱਗਦੇ ਆ ਗਏ ਕਿਆ ਰੰਗ ਰੂਪ ਆ ਭਾਅ ਜੀ ਮਾਦੀ ਆ ਪੱਠੀ ਆ ਵਾਹ ਜੀ ਵਾਹ ਲਓ ਜੀ ਭਾਅ ਜੀ ਇਹ ਚੇਤਰ ਦੀ ਤਿਆਰੀ ਵਾਲਾ ਬੱਚਾ ਜੀ ਭਾਅ ਜੀ ਦਿਖਾਈਓ ਪਰ ਮੈਂ ਖੋਲਦਾ ਜ਼ਰਾ ਫੜ ਕੇ ਰੱਖੋ ਕਬੂਤਰ ਇਹ ਚੈੱਕ ਕਰੋ ਜ਼ਰਾ ਚੇਤਰ ਦੀ ਤਿਆਰੀ ਵਾਲੀ ਭਾਰੀ ਪੱਠੀ ਆ ਜੀ ਮਾਸ਼ਾਅੱਲਾ ਕਿਆ ਪਾਰਵਾ ਜਨਾਬ ਇਹ ਭਾਅ ਜੀ ਮੋਹਰਾਂ ਲਵਾਉਣ ਵਾਲੀ ਪੱਠੀ ਆ ਬਿਲਕੁਲ ਛੋਟੀ ਦੁੰਮ ਦੀ ਦੋਨਾਂ ਬਗਲਾਂ ਰੰਗ ਲੱਗੇ ਦੋ ਰੰਗ ਲੱਗੇ ਬਗਲ ਦੇ ਵਿੱਚ ਇਹ ਵੀ ਨਵੇਂ ਪਰਾਂ ਵਾਲੀ ਪੱਠੀ ਆ ਜੀ ਬਿਲਕੁਲ ਨਵੇਂ ਪਰਾਂ ਛੱਡ ਦਿਓ ਲਓ ਜੀ ਠੀਕ ਹੋ ਗਿਆ ਜੀ ਤੁਹਾਨੂੰ ਦਿਖਾ ਚੁੱਕੇ ਹਾਂ ਅਸੀਂ ਇਸ ਟਾਈਮ ਤੱਕ 1 2 3 4 ਅਤੇ ਮੇਰਾ ਖਿਆਲ 4 ਦਿਖਾਏਗਾ 5 4 ਕਬੂਤਰ ਦਿਖਾ ਦਿੱਤੇ ਜੀ ਪੱਠੀ ਆ ਇੱਕ ਭਾਅ ਜੀ ਆ ਪੱਠੀ ਆ ਜੀ ਬਹੁਤ ਅੱਛੀ ਟੈਡੀ ਹੋਰ ਆ ਇੱਕ ਪੱਠੀ ਅਤੇ ਇਹ ਵੀ ਇਹ ਚੈੱਕ ਕਰੋ ਜ਼ਰਾ ਇਹ ਭਾਅ ਜੀ ਕਹਿੰਦੇ ਮੈਂ ਸ਼ਾਮ ਨੂੰ ਇੱਥੇ ਆਇਆ ਨਾ ਆਪਣੇ ਕੰਮ 'ਤੇ ਅਤੇ ਸ਼ਾਮ ਨੂੰ ਇੱਥੇ ਜਾਲ 'ਤੇ ਬੈਠੀ ਸੀ ਮਾਸ਼ਾਅੱਲਾ ਪਿਆਸੀ ਡੋਲੇ ਰਿੰਗ ਚੈੱਕ ਕਰੋ ਭਾਅ ਜੀ ਇਹਦਾ ਛੱਡੋ ਜ਼ਰਾ ਲਓ ਦੋਸਤੋ ਇਹ ਰਿੰਗ ਚੈੱਕ ਕਰੋ ਭਾਅ ਜੀ ਇਹ ਹੋ ਗਿਆ ਜੀ ਕਿੰਨੇ ਆਪਾਂ ਦਿਖਾਏ ਸੀਗੇ 4 ਅਤੇ 5 ਪੰਜਵੀਂ ਆਹ ਪੱਠੀ ਇਹਦਾ ਪਰ ਦਿਖਾਈਓ ਜ਼ਰਾ ਇਹ ਦੇਖੋ ਤੇਜ਼ ਪਰਾਂ ਦੀ ਮਾਦੀ ਮਾਸ਼ਾਅੱਲਾ ਠੀਕ ਆ ਭਾਅ ਜੀ ਇਹ ਵੀ ਇਹ ਅੰਦਰਲੇ ਪਰ ਨਵੇਂ ਆ ਇਹ ਪੁਰਾਣੇ ਆ ਅਤੇ ਇਹ ਪੁਰਾਣੇ ਪਰ ਇਹ ਵੀ ਆਪਾਂ ਖਿੱਚ ਦੇਣੇ ਆ ਠੀਕ ਆ ਨਾ ਤਾਂ ਕਿ ਜੇਠ ਦੇ ਵਿੱਚ ਕੰਮ ਹੋਣ ਜਿਹਦੇ ਵੀ ਹੋਣ ਲਓ ਭਾਅ ਜੀ ਇਹ ਮਾਦੀ ਆ ਜੀ ਮਾਸ਼ਾਅੱਲਾ ਬੜੀ ਅੱਛੀ ਮਾਦੀ ਹੈ ਵੀ ਇਹ ਹੋ ਗਏ ਜੀ 5 ਕਬੂਤਰ ਲਓ ਭਾਈ ਜਾਨ ਇਹ ਮਾਦੀ ਜੀ ਇਹ ਐਲੋ ਮਾਸ਼ਾਅੱਲਾ ਇਹ ਮਾਦੀ ਆ ਜੀ ਇਹ ਵੀ ਪਟਾਈ ਦੇਤੀ ਅੰਦਰਲੇ ਪਰ ਨਵੇਂ ਹੀ ਬਾਹਰਲੇ ਪੁਰਾਣੇ ਤਾਂ ਕਿ ਜੇਠ ਦੇ ਵਿੱਚ ਕੰਮ ਹੋਣ ਅੱਛਾ ਉਹ ਨੀਲਾ ਕਬੂਤਰ ਲਾਣਾ ਹੁਣ ਨਹੀਂ ਨਹੀਂ ਭਾਅ ਜੀ ਉਹ ਚੈੱਕ ਕਰੋ ਜ਼ਰਾ ਨੀਲਾ ਕਬੂਤਰ ਇੱਥੇ ਲੱਗ ਗਿਆ ਜੀ ਛੱਤ ਦਾ ਉਹਦਾ ਫੋਨ ਵੀ ਆ ਗਿਆ ਭਾਈ ਹੁਣ ਬੜਾ ਸ਼ਾਨਦਾਰ ਕਬੂਤਰ ਫੜਿਆ ਭਾਅ ਜੀ ਬਹੁਤ ਸ਼ਾਨਦਾਰ ਆ ਲੇਕਿਨ ਚਲੋ ਦੇਖਦੇ ਕਿਸੇ ਭਰਾ ਸਬਸਕ੍ਰਾਈਬਰ ਕੋਈ ਜਾਵੇ ਅਸੀਂ ਕਹਿੰਦੇ ਬਿਹਤਰ ਆ
ਭਾਜੀ ਬੱਚੇ ਜਿਹੜੇ ਦੋ ਫੜੇ ਸੀ ਨਾ ਸ਼ਾਮ ਨੂੰ ਉਹ ਦਿਖਾਓ। ਲਓ ਜੀ ਭਾਜੀ ਉਹ ਫੜੇ ਉਧਰੋਂ ਕਬੂਤਰ ਨੀਲੇ ਜਾਲ ਤੋਂ, ਠੀਕ ਹੈ ਜੀ। ਇੱਧਰ ਇੱਕ ਬੱਚੇ ਸੀਗੇ ਦੋ ਭਾਜੀ ਹੁਣਾਂ ਨੇ ਫੜੇ ਜਨਾਬ। ਇਹ ਜਿਹੜੀ ਬਸਕੂ ਧਾਗਾ ਲਾਇਆ ਸੀ ਭਾਜੀ, ਹੁਣ ਕਹਿੰਦੇ ਮੈਂ ਚੜਿਆ ਨਾ ਛੱਤ 'ਤੇ ਉੱਤੋਂ ਨਿਕਲਿਆ ਬੱਚਾ, ਇਹ ਮੈਂ ਹਲਕਾ ਜਿਹਾ ਦਾਣਾ ਪਾਉਂਦਾ ਰਿਹਾ, ਗੋਲ ਹੋ ਕੇ ਨਾ ਆਰਾਮ ਨਾਲ ਬੱਚਾ ਅੱਗੇ ਬਹਿ ਗਿਆ। ਬੱਚਾ ਵੈਸੇ ਹੀ ਪਰਵਾਜ਼ੀ ਲੱਗਦਾ ਹੈ ਜਿਹੜਾ, ਮੈਂ ਫੜ ਕੇ ਸ਼ੌਕ ਕਰਾਉਣਾ ਤੁਹਾਨੂੰ। ਲਓ ਜੀ ਭਾਜੀ ਦੇਖੋ ਧਾਗੇ ਵੀ ਹਜੇ ਬੱਚੇ ਬੱਜੇ ਆ ਬੱਚੇ ਨੂੰ, ਅੰਦਰ ਆਵਾਂ ਕਿ ਅੰਦਰ ਹੀ ਹੋਣਾ ਤੁਸੀਂ, ਇੱਥੇ ਹੀ ਰੋ ਖਲੋ। ਇਹ ਲਓ ਭਾਜੀ ਇੱਧਰਲੇ ਪਾਸੇ ਆਓ, ਇੱਧਰੋਂ ਸੂਰਜ ਪੈਂਦਾ, ਇੱਧਰ ਆਓ, ਇੱਥੇ ਰੋ ਤੁਸੀਂ। ਇਹ ਬੱਚਾ ਸੀਗਾ ਜੀ ਸ਼ਾਮ ਨੂੰ ਫੜਿਆ, ਜਿਹਨੂੰ ਭਾਜੀ ਹੁਣੀ ਕਹਿੰਦੇ ਉੱਤੋਂ ਸਮਾਨਾਂ ਤੋਂ ਨਿਕਲੇ ਇੰਜੀ ਆ ਭਾਜੀ। ਹਾਂਜੀ ਹਾਂਜੀ, ਇਹਦੇ ਧਾਗੇ ਬੱਜੇ ਸੀਗੇ ਨਾਲ। ਇਹ ਚੱਕ ਕਰੋ ਆ ਦੇਖੋ ਧਾਗੇ ਬੱਜਿਆਂ ਦੇ ਨਾਲ ਹੀ ਜਨਾਬ, ਇਹ ਧਾਗਾ ਵੀ ਅਸੀਂ ਖੋਲ ਦਿੱਤਾ। ਛੋਟੇ ਜਿਹੇ ਵਜੂਦ ਦਾ ਬੱਚਾ ਕਿੰਨੇ ਪੜਦਾ ਵਾ ਇਹ? ਇਹ ਹੈਗਾ ਵਾ ਜੀ 3, 3, 6, 7, 8, 9, ਇੱਕ ਪੜਦਾ ਬੱਚਾ ਜੀ ਭਾਜੀ। ਇਹ ਜਾਮ ਨੂੰ ਰੰਗ ਲੱਗਾ, ਇੱਕ ਪੜਦਾ ਬੱਚਾ, ਅੱਖ ਦਿਖਾਈਓ ਇਹਦੇ। ਦੇਖੋ ਜੀ ਆ ਜਿਹੜੇ ਕਬੂਤਰ ਅਸੀਂ ਦਿਖਾਏ ਨਾ, ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਹੋਏ ਨਾ ਸਾਡੇ ਨਾਲ ਰਾਬਤਾ ਕਰਕੇ ਲੈ ਸਕਦਾ, ਬੱਚੇ ਵੀ ਤੇ ਵੱਡੇ ਵੀ ਸਾਰੇ ਨਵੇਂ ਭਰਾ ਵਾਲੇ। ਛੱਡ ਦਿਓ ਇਹਨੂੰ ਉੱਧਰ ਹੀ ਛੱਡ ਦਈਏ, ਫੜਨਾ ਆਸਾਨ ਰਹੂਗਾ। ਹੈਂ ਤਾਂ ਹੋਰ ਫੜੋ ਤੁਸੀਂ ਭਾਜੀ, ਜਿਹੜੇ ਦੋਸਤ ਨੂੰ ਕਬੂਤਰ ਚਾਹੀਦਾ ਫਿਰ ਰਾਬਤਾ ਕਰ ਲਵੇ ਜਨਾਬ, ਇਨਸ਼ਾਅੱਲਾ ਦੇ ਦਿਆਂਗੇ ਸਰ। ਹਾਂਜੀ ਕੋਈ ਮਸਲਾ। ਲਓ ਜੀ ਭਾਈ ਜਾਨ ਆ ਟੈਡੀ ਕਬੂਤਰ ਵੀ ਚੈੱਕ ਕਰੋ ਜ਼ਰਾ। ਅੱਛਾ ਅੱਛਾ ਜਾਲ ਦੀ ਨੀਗੀ ਇਹ? ਲਓ ਜੀ ਭਾਜੀ ਇਹ ਜਾਲ 'ਤੇ ਨਹੀਂ ਸੀ ਬਹਿੰਦੀ ਹੈਗੀ, ਇਹ 2 ਦਿਨ ਕੋਠਿਆਂ 'ਤੇ ਰੋਲੀ ਮਾਰਦੀ ਆ, ਲੱਗਦਾ ਜਿੱਦਾਂ ਕਿਸੇ ਦੀ ਜੋੜਿਆਂ ਲਈ ਨਿਕਲ ਕੇ ਗਈ ਆ, ਕੀ ਖਿਆਲ ਆ ਆਹ ਜਿਹੜੀ? ਅੱਛਾ ਇਹ ਬਹਿੰਦੀ ਸੀ ਜਾਲ ਨੂੰ ਕਰਦੀ ਸੀ। ਅੱਛਾ ਇਹ ਤਾਂ ਫਿਰ ਹਨੇਰੇ ਹੋਏ ਆ ਕੇ ਬੈਠੀ ਇਹ। ਭਾਜੀ ਇਹ ਹੈ ਵੀ ਟੈਡੀ ਮਾਦੀ ਬੜੀ ਅੱਛੀ ਆ, ਇਹ ਜਾ ਕਰੋ ਭਾਜੀ ਟੈਡੀ ਮਾਦੀ। ਇਹ 2 ਦਿਨ ਭਾਜੀ ਹੁਣ ਕਿਤੇ ਕੋਠਿਆਂ 'ਤੇ ਵੀ ਰੋਲੀ, ਕਿਉਂਕਿ ਇਹ ਜਿਹੜੇ ਕੋਠੇ ਨਾ ਇੱਥੇ ਉੱਥੇ ਰੋਲਦੀ ਫਿਰ ਆ ਕੇ ਉੱਚੇ ਜਾਲ 'ਤੇ। ਇਹ ਜੋੜਿਆਂ ਦੀ ਮਾਦੀ ਆ ਜੀ ਕਿਸੇ ਦੀ, ਪੱਠੀ ਆ ਕਿਸੇ ਨੇ ਜੋੜਿਆਂ ਲਈ ਰੋਕੀ ਹੋਊਗੀ ਵੱਧ ਤੋਂ ਵੱਧ। ਪਿਆਜ਼ੀ ਡੋਰੇ ਭਾਜੀ ਪੜ ਦਿਖਾਓ ਜ਼ਰਾ ਇਹਦਾ, ਇਹ ਚੱਕ ਕਰੋ ਪਾਰ, ਠੀਕ ਆ ਜੀ ਦਿਖਾਓ ਜ਼ਰਾ ਮੈਨੂੰ, ਇਹਨੂੰ ਵੀ ਆਪਾਂ ਉੱਧਰ ਛੱਡ ਦਈਏ। ਲਓ ਜੀ ਭਾਜੀ ਆਹ ਆ ਗਏ ਸਾਡੇ ਕਬੂਤਰ, ਹੋਰ ਕੋਈ ਹੈਗਾ ਬੱਚਾ ਬੁੱਚਾ ਦਿਖਾਓ? ਹੱਡੀ ਜੋੜ ਭਾਜੀ ਮੈਂ ਦੇਖ ਲਿਆ, ਹੱਡੀ ਜੋੜ ਵੀ ਠੀਕ ਆ, ਇਹ ਪੱਠੀ ਵੀ ਆ, ਠੀਕ ਆ ਵੀਰ ਜੀ। ਇਹ ਮਾਦੀ ਬਹੁਤ ਅੱਛੀ ਆ ਜੀ, ਜਿਹਨੂੰ ਦੋਸਤੋ ਕਬੂਤਰ ਇਹ ਪਸੰਦ ਹੋਣ 0306-70-85-08 'ਤੇ ਮੈਨੂੰ ਵਟਸਐਪ ਕਰੇ, ਐਂ ਵੀ ਕਬੂਤਰ ਇੱਧਰ ਛੱਡਤੀ ਆਪਾਂ, ਠੀਕ ਹੈ ਜੀ। ਇੱਕ ਬੱਚਾ ਹੋਰ ਆ ਭਾਜੀ ਕਹਿੰਦੇ, ਦੇਖੋ ਫੜੇ ਤਾਂ ਇਹਨਾਂ ਨੇ ਕਿੰਨੇ ਹੀ ਆ, 10-12 ਕਬੂਤਰ ਫੜੇ ਅਸੀਂ ਉਹਨਾਂ ਦੇ ਵਿੱਚੋਂ, ਜਿਹੜੇ ਅੱਛੇ ਆ ਨਾ ਚੁਣਵੇਂ ਕਬੂਤਰ ਉਹ ਹੀ। ਮੈਂ ਤੁਹਾਨੂੰ ਮੇਰੀ ਆਦਤ ਦਾ ਪਤਾ ਵਾ ਸਾਖੀ ਭਾਈ ਦਾ, ਕਦੀ ਮਾੜੀ ਸ਼ੈ ਨਹੀਂ ਦਿੱਤੀ ਹੈਗੀ। ਨਿਕਲ ਜਾ ਬਾਹਰ ਤੂੰ ਝੋਲੇ ਵਾਲੀਏ, ਹੈਲੋ ਇਹ ਐਵੇਂ ਝੋਲੇ ਵਾਲੀ ਬਾਹਰ ਤੁਰੀ ਫਿਰਦੀ, ਇੱਕ ਦਿਨ ਇਹ ਉੜੀ ਆ। ਮੈਂ ਭਾਜੀ ਕਿੱਦਾਂ ਲੜਾਈ ਸੀ ਉੱਦਣ, ਤੁਸੀਂ ਮੈਨੂੰ ਕਿਹਾ ਫੜ ਲਈ ਕਿਸੇ ਨੇ, ਅਤੇ ਕਦੋਂ ਆਈ ਮੁੜ ਕੇ? ਇੱਕ ਹਫ਼ਤੇ ਬਾਅਦ ਕਿਸੇ ਨੇ ਫੜੀ ਝੋਲੇ ਵਾਲੀ, ਛੱਡਤੀ ਉਹਨੇ ਕਿਹਾ ਝੋਲੇ ਵਾਲੀ ਕੀ ਕਰਨੀ ਆ। ਇਹ ਮਾਦੀ ਫਿਰ ਫੜ ਲਈ, ਆ ਗਈ ਫਿਰ ਉੜਦੀ ਆ, ਆ ਹੋ ਜਾਏਗੀ ਸੈੱਟ, ਦੇਖਿਓ ਜ਼ਰਾ ਇੱਕ ਦੋ ਗੇੜੀਆਂ ਲਾ ਲਵੇ। ਲਓ ਜੀ ਭਾਜੀ ਇਹ ਚੀਨੇ ਮੀਨੇ ਬੱਚੇ ਬਹੁਤ ਉੜਦੇ ਹੁੰਦੇ ਸਰ, ਇਹਦੇ ਪੱਲੇ ਦੇਖੋ ਮਾਸ਼ਾਅੱਲਾ ਕਿੱਡੇ ਲੈਂਥੀ ਪੱਲੇ ਆ, ਵਾਕਈ ਪੱਲੇ ਅੱਛੇ ਇਹਦੇ। ਬੱਚਾ ਆਇਆ ਵੀ ਉਪਰੋਂ 2 ਵਜੇ ਨਾ। ਅੱਛਾ ਪੱਠੀ ਜਿਹੀ ਆ, ਕੜੀ ਵੀ ਪਾਈ ਦਰਵਾਜ਼ਿਆਂ ਦੀ ਆ। ਅੱਛਾ ਹਾਂ ਬਸ ਇਹ ਨਸਰੋ ਦੇ ਕੋਲ ਪਈ ਆ, ਆ ਨਿਸ਼ਾਨੀ ਵੀ ਲਾਈ ਉਹਨੇ ਆ ਦੇ। ਹਾਂ ਦੇਖੋ ਪਰ ਟੁੱਕੇ ਭਾਜੀ, ਇਹ ਚੈੱਕ ਕਰੋ ਭਲਾ ਕਾਹਤੋਂ ਟੁੱਕੇ ਨੇ, ਨੀ ਇਹ ਨਿਸ਼ਾਨੀ ਨੀ, ਇਹ ਟੁੱਕਣ ਦਾ ਇੱਕ ਤਰੀਕਾ ਹੁੰਦਾ, ਰੀਜ਼ਨ ਹੁੰਦੀ ਆ, ਉਹ ਵਜ੍ਹਾ ਪਤਾ ਕੀ ਹੁੰਦੀ ਆ, ਇਹਨੂੰ ਪਰ ਨੂੰ ਦੇਣਾ ਖਿੱਚ। ਅੱਛਾ ਇਸ ਤੋਂ ਬਾਅਦ ਹੁਣ ਜਿਹੜਾ ਬੱਚਾ ਹੈ ਨਾ, ਇਸ ਬੱਚੇ ਨੇ ਅਗਲਾ ਪਰ ਨਹੀਂ ਸਿੱਟਣਾ, ਇਹ ਬੱਚੇ ਨੇ ਇੱਥੇ ਰੋਕ ਲੈਣਾ, ਪਰ ਰੋਕ ਲੈਣੇ ਆ। ਇਹ ਪਰ ਰੋਕ ਲੈਂਦੇ ਫਿਰ ਕਹਿੰਦੇ ਨੀ ਹੁੰਦੇ ਸਾਡਾ ਕਬੂਤਰ 10 ਪਰ ਤੱਕ ਹੋ ਗਿਆ, ਲੇਕਿਨ ਕਬੂਤਰ ਬੱਚੇ ਦਾ ਬੱਚਾ ਹੀ ਆ, ਇਹ ਉਹ ਕੰਮ ਪਾਇਆ ਜਨਾਬ। ਲੇਕਿਨ ਆ ਚੀਨੀ ਕਬੂਤਰ ਇਨਸ਼ਾਅੱਲਾ ਮੋਹਰਾਂ ਲਵਾਏਗੀ ਜੀ, ਇਹ ਮੋਹਰਾਂ ਲਵਾਏਗੀ ਪੱਠੀ, ਉਹਦੇ ਦਿਖਾਓ ਮੈਨੂੰ, ਬਹੁਤ ਅੱਛੀ ਪੱਠੀ ਬੜੀ ਅੱਛੀ ਇਹ, ਕਿਉਂਕਿ ਇਹਦਾ ਵਜੂਦ ਬਿਲਕੁਲ ਵੇਟਲੈਸ ਮਾਦੀ ਹੈ ਪੱਠੀ ਆ, ਇਹ ਕੜੀ ਪਾਈ ਹੈ ਜਨਾਬ। ਲਓ ਭਾਜੀ ਇਹ ਚਿੜੀ ਮਾਰੀ ਵਾਲੇ ਕਬੂਤਰ 7-8, ਜਿਹੜੇ ਦੋਸਤ ਨੂੰ ਚਾਹੀਦੇ ਹੋਏ 0306-70-85-08 'ਤੇ ਰਾਬਤਾ ਕਰੇ, ਔਰ ਇਨਸ਼ਾਅੱਲਾ ਉਸ ਭਰਾ ਨੂੰ ਇਹ ਚਿੜੀ ਮਾਰੀ ਵਾਲੇ ਅੱਛੇ ਕਬੂਤਰ ਜਿਹੜੇ ਫੜੇ ਧੜੇ ਨਾ ਦੇ ਦਿਆਂਗੇ, ਠੀਕ ਆ ਜੀ। ਹਾਂਜੀ ਬਾਕੀ ਦੇਖੋ ਮੈਂ ਤੁਹਾਨੂੰ ਦਿਖਾ ਦਿੰਦਾ ਜਨਾਬ, ਆ ਫੜੇ ਆ ਵਿੱਚ ਗੰਦੇ ਵੀ ਆ, ਲੇਕਿਨ ਆਪਾਂ ਗੰਦਾ ਕਬੂਤਰ ਇੱਕ ਵੀ ਨਹੀਂ ਦਿੱਤਾ ਹੈਗਾ। ਹੁਣ ਭਾਜੀ ਹੁਣ ਕਹਿੰਦੇ ਉਹ ਹਾਲਾਂਕਿ ਪੱਟੀ ਵਾਲਾ ਵਾ ਅਜੀਬ ਜਿਹਾ ਕਬੂਤਰ ਆ, ਅਸੀਂ ਉਹ ਨਹੀਂ, ਉਹ ਵਿੱਚ ਅਜੀਬ ਜਿਹਾ ਕਬੂਤਰ ਇੱਧਰ ਹੀ ਫੜੇ ਸਾਡੇ, ਲੇਕਿਨ ਅਸੀਂ ਨਹੀਂ ਕੋਈ ਵੀ ਦਿੱਤਾ, ਠੀਕ ਆ ਜੀ। ਬਸ ਦੁਆਵਾਂ ਜੀ ਯਾਦ ਰੱਖਿਓ, ਅਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਅੱਛੇ ਕਬੂਤਰ ਬਾਦ ਬਣੋ, ਅੱਛੇ ਕਬੂਤਰ ਲਓ, ਤਾਂ ਕਿ ਤੁਸੀਂ ਵੀ ਅੱਛੇ ਕਬੂਤਰ ਬਾਦ ਬਣੋ। ਬਹੁਤ ਸ਼ੁਕਰੀਆ, ਅੱਲਾ ਹਾਫਿਜ਼, ਜਜ਼ਾਕ ਅੱਲਾ।